ਹੈਲੋ ਦੋਸਤੋ ਮੋਸਟ ਵੈਲਕਮ ਚੈਪਟਰ 3 ਦੇ ਆਪਾਂ ਕਰ ਚੁੱਕੇ ਆ ਮੋਸਟ ਇੰਪੋਰਟੈਂਟ ਐਮਸੀਕਿਊ ਜਿਹੜੇ ਬੱਚਾ ਨੇ ਨਹੀਂ ਦੇਖੇ ਤਾਂ ਜਰੂਰ ਜਾ ਕੇ ਪਲੇਲਿਸਟ ਚੈੱਕ ਕਰ ਲਿਓ ਸਾਰੇ ਐਮਸੀਕਿਊ ਤੁਹਾਨੂੰ ਉੱਥੇ ਮਿਲ ਜਾਣਗੇ ਤਾਂ ਹੁਣ ਆਪਾਂ ਕਰਨੇ ਆ ਚੈਪਟਰ 4 ਦੇ ਚੈਪਟਰ 4 ਆਪਣੇ ਕੋਲ ਹੈਗਾ ਵਰਕ ਐਂਡ ਐਨਰਜੀ ਇਹਦੇ ਵੀ ਆਪਾਂ ਮੋਸਟ ਮੋਸਟ ਇੰਪੋਰਟੈਂਟ ਐਮਸੀਕਿਊ ਕਰਾਂਗੇ ਤੁਸੀਂ ਖੁਦ ਦੇਖ ਕੇ ਗਾਉਂਗੇ ਕਿ ਵਾਕਈ ਹੈ ਜਿਹੜੇ ਐਮਸੀਕਿਊ ਹੈ ਉਹ ਕਿਤੇ ਨਾ ਕਿਤੇ ਵੈਲਿਊ ਪ੍ਰੋਵਾਈਡ ਕਰਦੇ ਆ ਤਾਂ ਸ਼ੁਰੂ ਕਰਦੇ ਆਪਾਂ ਬਿਨਾ ਟਾਈਮ ਵੇਸ ਕੀਤੇ ਹੋਏ ਫੀਡਬੈਕ ਜਿੰਨੀ ਜਲਦੀ ਫੀਡਬੈਕ ਦਓਗੇ ਉਹਨਾਂ ਜਿਆਦਾ ਜਲਦੀ ਤੁਹਾਨੂੰ ਕਲਾਸ ਮਿਲੂਗੀ ਤਾਂ ਸ਼ੁਰੂ ਕਰਦੇ ਆਪਾਂ ਫਰਸਟ ਕੁਸਚਨ ਫਰਸਟ ਕੁਸਚਨ ਆਪਣੇ ਕੋਲ ਹੈਗਾ ਵਿਗਿਆਨ ਦੇ ਦ੍ਰਿਸ਼ਟੀਕੋਣ ਤੋਂ ਕਾਰਜ ਲਈ ਕਿੰਨੀਆਂ ਸ਼ਰਤਾਂ ਦਾ ਹੋਣਾ ਜ਼ਰੂਰੀ ਹੈ ਦੇਖੋ ਇਹਦੇ ਵਿੱਚ ਕੀ ਗੱਲ ਕੀਤੀ ਗਈ ਹੈ ਵਿਗਿਆਨ ਦੇ ਦ੍ਰਿਸ਼ਟੀਕੋਣ ਤੋਂ ਜਿਹੜੇ ਕਾਰਜ ਲਈ ਠੀਕ ਹੈ ਕਿੰਨੀਆਂ ਸ਼ਰਤਾਂ ਦਾ ਹੋਣਾ ਜ਼ਰੂਰੀ ਹੈ ਆਪਸ਼ਨ ਆਪਣੇ ਕੋਲ ਹੈਗੀਆਂ 1 2 3 ਜਾਂ 4 ਤਾਂ ਆਪਣਾ রাইਟ ਆਨਸਰ 기ਆ ਹੋਊਗਾ ਕਿੰਨੀਆਂ ਸ਼ਰਤਾਂ ਦਾ ਹੋਣਾ ਜ਼ਰੂਰੀ ਹੈ ਉਹ ਆਊਗਾ ਆਪਣੇ ਕੋਲੇ ਦੋ ਸ਼ਰਤਾਂ ਦਾ ਠੀਕ ਹੈ ਨੈਕਸਟ ਅਬ ਵੀਡੀਓਜ਼ ਦੇ ਵਿੱਚ ਵੈਸੇ ਪੂਰੇ ਕਨਸੈਪਟ ਅਬ ਕਲੀਅਰ ਕੀਤੇ ਹੋਏ ਆ ਜਿਨ੍ਹਾਂ ਨੇ ਨਹੀਂ ਦੇਖੀ ਥਿਊਰੀ ਜ਼ਰੂਰ ਦੇਖ ਲਿਓ ਸੈਕਿੰਡ ਕੁਐਸਚਨ ਆਪਣੇ ਕੋਲ ਹੈਗਾ ਲਓ ਕਿਸੇ ਵਸਤੂ ਤੇ ਲੱਗਣ ਵਾਲੇ ਬਲ ਦੁਆਰਾ ਕੀਤਾ ਗਿਆ ਕੰਮ ਡੈਸ਼ ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ ਇਹਦੇ ਵਿੱਚ ਕੀ ਹੈ ਕੁਐਸਚਨ ਵਿੱਚ ਕਿਸੇ ਵਸਤੂ ਤੇ ਲੱਗਣ ਵਾਲੇ ਬਲ ਦੁਆਰਾ ਜਿਹੜਾ ਕਿਸੇ ਵਸਤੂ ਤੇ ਬਲ ਲੱਗ ਰਿਹਾ ਉਹਦੇ ਦੁਆਰਾ ਜਿਹੜਾ ਕੰਮ ਕੀਤਾ ਜਾਂਦਾ ਠੀਕ ਹੈ ਉਹ ਡੈਸ਼ ਦੇ ਗੁਨਨਫਲ ਦੇ ਬਰਾਬਰ ਹੁੰਦਾ ਤਾਂ ਕੀ ਆਊਗਾ ਆਪਣਾ ਬਲ ਦੇ ਪਰਮਾਨ ਦੇ ਬਲ ਦੀ ਦਿਸ਼ਾ ਵਿੱਚ ਤੈਅ ਹੋਈ ਦੂਰੀ ਦੇ ਦੋਵਾਂ ਦੇ ਜਾਂ ਕੋਈ ਵੀ ਨਹੀਂ ਤਾਂ ਆਪਣਾ ਰਾਈਟ ਆਨਸਰ ਕੀ ਆਊਗਾ ਦੋਵਾਂ ਦੇ ਅੱਜ ਅੱਗੇ ਪੀਡੀਐਫ ਹੋਰ ਤਰ੍ਹਾਂ ਦੀ ਹੁੰਦੀ ਹੈ ਕੁਐਸਚਨ ਪੂਰਾ ਤੁਹਾਨੂੰ ਸਕਰੀਨ ਦੇ ਦੇਖਦਾ ਹੈ ਅੱਜ ਕੁਐਸਚਨ ਆਨਸਰ ਲਗ ਲਗ ਦੇਖ ਰਿਹਾ ਹੈ ਉਹ ਕਹਿ ਲੋ ਕਿ ਸਵੇਰ ਦਾ ਅੱਜ ਵਾਈਫਾਈ ਕਨੈਕਸ਼ਨ ਜਿਹੜਾ ਬੰਦ ਸੀ ਤਾਂ ਇਹ ਪੀਸੀ ਦੀ بجائے ਫੋਨ ਤੇ ਟਾਈਪ ਕਰਕੇ ਸਾਰੀਆਂ ਜਿਹੜੀਆਂ ਪ੍ਰੋਪਰ ਉਹਨਾਂ ਨੂੰ ਬਣਾਇਆ ਗਿਆ ਤਾਂ ਕਰਕੇ ਤੁਹਾਨੂੰ ਥੋੜਾ ਜਿਹਾ ਅਜੀਬ ਲੱਗ ਰਿਹਾ ਹੋਣਾ ਕੱਲ ਤੋਂ ਫਿਰ ਮਿਲ ਜਣਗੇ ਵਾਈਫਾਈ ਇਸ਼ੂ ਚੱਲ ਰਿਹਾ ਸੀ ਅੱਜ ਸਾਰਾ ਦਿਨ ਚਲਦੇ ਆਪਾਂ ਥਰਡ ਵਾਲ ਜਦੋਂ ਬਲ ਵਸਤੂ ਦੇ ਵਿਸਥਾਪਨ ਤੋਂ ਉਲਟ ਦਿਸ਼ਾ ਵਿੱਚ ਹੁੰਦਾ ਹੈ ਤਾਂ ਕਾਰਜ ਡੈਸ਼ ਹੁੰਦਾ ਹੈ ਮੋਸਟ ਇੰਪੋਰਟੈਂਟ ਕੁਸਚਨ ਹੈ ਠੀਕ ਹੈ ਜਦੋਂ ਬਲ ਵਸਤੂ ਦੇ ਵਿਸਥਾਪਨ ਤੋਂ ਉਲਟ ਦਿਸ਼ਾ ਵਿੱਚ ਹੁੰਦਾ ਹੈ ਤਾਂ ਕਾਰਜ ਡੈਸ਼ ਹੁੰਦਾ ਕੀ ਹੁੰਦਾ ਹੈ ਰਿਨਾਤਮਕ ਤੇਨਾਤਮਕ ਉਲਟਾ ਅਨੁਪਾਤੀ ਤੇ ਸਿੱਧਾ ਅਨੁਪਾਤੀ ਤਾਂ ਮਨ ਰਾਈਟ ਆਨਸਰ ਕੀ ਆਊਗਾ ਕੀ ਹੁੰਦਾ 3rd ਦਾ ਆਪਣੇ ਕੋਲ ਆਏਗਾ ਰਿਨਾਤਮਕ ਹੁੰਦਾ ਠੀਕ ਹੈ ਨੈਕ ਚਲਦੇ ਆ ਸਾਡੇ ਲਈ ਸਭ ਤੋਂ ਠੀਕ ਹੈ ਸਾਡੇ ਲਈ ਡੈਸ਼ ਹੈ ਜਿਹੜਾ ਸਭ ਤੋਂ ਵੱਡਾ ਪ੍ਰਕਿਰਤਿਕ ਊਰਜਾ ਦਾ ਸਰੋਤ ਹੈ ਇਹ ਜਿਹੜੇ ਅਗਲੇ ਵੈਸੇ ਤਾਂ ਸਾਰੇ ਇੰਪੋਰਟੈਂਟ ਕੁਐਸਚਨ ਹੈ ਪਰ ਜਿਹੜੇ ਇੱਕ ਮੈਂ ਤੁਹਾਨੂੰ ਸਪੈਸ਼ਲ ਕਹਿਣਾ ਹੈ ਫੋਕਸ ਕਰੋ ਜਿੰਨਾ ਕੁਸਚਨਾਂ ਤੇ ਉਹ ਕੁਸਚਨ ਜ਼ਰੂਰ ਦੇਖ ਕੇ ਤੁਸੀਂ ਧਿਆਨ ਨਾਲ ਰੀਡ ਆਊਟ ਕਰਿਆ ਕਰੋ ਦੇਖੋ ਇਹਦੇ ਵਿੱਚ ਕੀ ਗੱਲ ਕੀਤੀ ਗਈ ਸਾਡੇ ਲਈ ਡੈ ਸਭ ਤੋਂ ਵੱਡਾ ਪ੍ਰਕਿਰਤਿਕ ਊਰਜਾ ਸਰੋਤ ਹੈ ਸੋਖਾ ਹੋ ਸਕਦਾ ਤੁਹਾਡੇ ਲਈ ਪਰ ਇਹ ਮੋਸਟ ਇੰਪੋਰਟੈਂਟ ਕੁਸਚਨ ਹੈ ਪਰਮਾਨੂਆਂ ਦੇ ਕੇਂਦਰ ਜਵਾਰ ਪਾਟਾ ਧਰਤੀ ਤੇ ਸੂਰਜ ਤੁਹਾਨੂੰ ਰਾਈਟ ਆਨਸਰ ਕੀ ਆਊਗਾ ਉਹ ਆਊਗਾ ਜਿਹੜਾ ਸਭ ਤੋਂ ਵੱਡਾ ਕੀ ਹੈ ਪ੍ਰਕਿਰਤਿਕ ਊਰਜਾ ਦਾ ਸਰੋਤ ਸੂਰਜ ਨੈਕਸਟ ਚਲਦੇ ਹਾਂ ਸੂਰਜ ਤੋਂ ਇਲਾਵਾ ਸੂਰੇ ਤਾਂ ਆਪਾਂ ਵੇਖ ਲਿਆ ਸੂਰਜ ਤੋਂ ਇਲਾਵਾ ਐਸੀ ਹੋਰ ਕਿਹੜੀ ਪ੍ਰਕਿਰਤਿਕ ਸਰੋਤ ਹੈ ਠੀਕ ਹੈ ਜਿੰਦੇ ਤੋਂ ਊਰਜਾ ਪ੍ਰਾਪਤ ਕਰ ਸਕਦੇ ਆਪਾਂ ਕੀ ਕਿਹੜੀ ਹੈ ਪਰਮਾਣੂਆਂ ਦੇ ਕੇਂਦ੍ਰਿਕਾਂ ਠੀਕ ਹੈ ਧਰਤੀ ਦੇ ਅੰਦਰੋਂ ਅੰਦਰੂਨੀ ਭਾਗ ਤੋਂ ਜਵਾਰ ਭਾਟੇ ਤੋਂ ਯਾ ਸਾਰੇ ਹੀ ਤਾਂ ਆਪਾਂ ਇਹ ਸਾਰੇ ਹੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਪ੍ਰਕਿਰਤੀ ਦੀਆਂ ਜਿਨ੍ਹਾਂ ਤੋਂ ਸੂਰਜ ਤੋਂ ਇਲਾਵਾ ਜਿਨ੍ਹਾਂ ਤੋਂ ਆਪਾਂ ਊਰਜਾ ਪ੍ਰਾਪਤ ਕਰ ਸਕਦੇ ਹਾਂ ਜੇ ਸਭ ਤੋਂ ਵੱਡਾ ਪੁੱਛਿਆ ਜਾਵੇ ਪ੍ਰਕਿਰਤਿਕ ਸਰੋਤ ਸੂਰਜ ਤੇ ਜੇ ਹੋਰ ਪੁੱਛਿਆ ਜਾਂ ਤਾਂ ਇਹਨਾਂ ਤਿੰਨਾਂ ਦੇ ਵਿੱਚੋਂ ਨੋਟ ਕਰ ਲਿਓ ਤੁਸੀਂ ਨੈਕਸਟ ਚਲਦੇ ਆਂ ਜੇਕਰ ਕਿਸੇ ਵਸਤੂ ਵਿੱਚ ਕਾਰਜ ਕਰਨ ਦੀ ਸਮਰੱਥਾ ਹੈ ਠੀਕ ਹੈ ਕੋਈ ਵਸਤੂ ਹੈ ਉਹਦੇ ਵਿੱਚ ਕੰਮ ਕਰਨ ਦੀ ਸਮਰੱਥਾ ਹੈਗੀ ਹੈ ਤਾਂ ਕਿਹਾ ਜਾਂਦਾ ਹੈ ਕਿ ਵਸਤੂ ਵਿੱਚ ਡੈਸ਼ ਮੌਜੂਦ ਹੈ ਠੀਕ ਹੈ ਕੀ ਮੌਜੂਦ ਹੈ ਉर्जा ਬਲ ਗਤੀ ਜਾਂ ਵੇਗ ਇਹ অপਸ਼ਨਾਂ ਸਾਰੀਆਂ ਮੈਂ ਖੁਦ ਕ੍ਰੀਏਟ ਕਰਦਾ ਹਾਂ ਸਾਰੇ ਕੁਐਸਚਨ ਵੀ ਖੁਦ ਲੋ ਬਣਾਏ ਜਾਂਦੇ ਆ ਚੈਪਟਰ ਨੂੰ ਧਿਆਨ ਨਾਲ ਦੇਖ ਕੇ ਤਾਂ ਇਹ ਹੁਣ ਤੁਸੀਂ ਇਹ ਦੇਖ ਲਓ ਕਿ ਪੇਡ ਨਾਲੋਂ ਜ਼ਿਆਦਾ ਵਧੀਆ ਹੈ ਤੁਹਾਡੇ ਲਈ ਸਾਇੰਸ ਦੀਆਂ ਕਲਾਸਾਂ ਆਉਣ ਵਾਲੀਆਂ ਜਿਹੜੇ ਬੱਚਿਆਂ ਨੇ ਨਹੀਂ ਦੇਖਿਆ ਤਾਂ ਜਰੂਰ ਐਗਜ਼ਾਮ ਦੇ ਵਿੱਚ ਕਿਤੇ ਨਾ ਕਿਤੇ ਡਿਸਪਾਇੰਟ ਹੋਣਗੇ ਬਾਅਦ ਦੇ ਵਿੱਚ ਤਾਂ ਮਨ ਰਾਈਟ ਆਨਸਰ ਕੀ ਆਊਗਾ ਇਹਦਾ ਰਾਈਟ ਆਨਸਰ ਆਪਣੇ ਕੋਲ ਆਏਗਾ ਨੰਬਰ 1 ਉਹਦੇ ਵਿੱਚ ਊਰਜਾ ਹੁੰਦੀ ਹੈ ਠੀਕ ਹੈ ਨੈਕਸਟ ਚੱਲਦੇ ਹਾਂ ਊਰਜਾ ਨਾਲ ਹੀ ਬਲ ਗਤੀ ਹਰੇਕ ਚੀਜ਼ ਪੈਦਾ ਹੋਊਗੀ ਨੈਕਸਟ ਹੈ ਜਦੋਂ ਬਲ ਵਿਸਥਾਪਨ ਦੀ ਦਿਸ਼ਾ ਵਿੱਚ ਲੱਗਦਾ ਪਹਿਲਾਂ ਤਾਂ ਆਪਾਂ ਕੀ ਗੱਲ ਕੀਤੀ ਸੀ ਉਲਟ ਦਿਸ਼ਾ ਵਿੱਚ ਹੁਣ ਆਪਾਂ ਦਿਸ਼ਾ ਵਿੱਚ ਲੱਗਦਾ ਠੀਕ ਹੈ ਵਿਸਥਾਪਨ ਦੀ ਤਾਂ ਕਾਰਜ ਡੈਸ਼ ਹੁੰਦਾ ऋणात्मक तणात्मक परमाणु रहित जब वेग तुमने राइट आंसर किया होगा सेवंथ था आपने को राइट आंसर आएगा नंबर 2 तणात्मक ठीक है ओंदा केड़ा ਹੁੰਦਾ ਸੀ ਜੇ ਉਲਟ ਲੱਗੇ ਤਾਂ ਰਿਣਾਤਮਕ ਸਿੱਧਾ ਲੱਗੇ ਤਾਂ ਤਨਾਤਮਕ ਨੈਕਸ ਚਲਦੇ ਹਾਂ ਜਿਹੜੀ ਵਸਤੂ ਕਾਰਜ ਕਰਦੀ ਹੈ ਉਸ ਵਿੱਚ ਊਰਜਾ ਦੀ ਡੈਸ਼ ਹੁੰਦੀ ਹੈ ਠੀਕ ਹੈ ਜਿਹੜੀ ਵਸਤੂ ਦੇਖੋ ਕਾਰਜ ਕਰੀ ਜਾਂਦੀ ਹੈ ਉਸ ਵਿੱਚ ਊਰਜਾ ਦੀ ਡੈਸ਼ ਹੁੰਦੀ ਹੈ ਬੜੋਤਰੀ ਹੁੰਦੀ ਹੈ ਵਿਸਫੋਟ ਹੁੰਦਾ ਦੋਵੇਂ ਹੀ ਹਾਨੀ ਹੁੰਦੀ ਹੈ ਤਾਂ ਆਪਣਾ ਰਾਈਟ ਆਨਸਰ ਕੀ ਆਊਗਾ ਇੱਕ ਅਗੋ ਇੱਕ ਹੋਰ ਕੁਸਚਨ ਆਊਗਾ ਇਸ ਨਾਲ ਰਿਲੇਟਡ ਉਸ ਤੋਂ ਬਾਅਦ ਤੁਹਾਨੂੰ ਮੈਂ ਪੁਆਇੰਟ ਕਲੀਅਰ ਕਰੂੰ ਜਿਹੜੇ ਬਚਨ ਨਹੀਂ ਕਲੀਅਰ ਕਿ ਇਥੇ ਕਿਸ ਤਰ੍ਹਾਂ ਤੇ ਕਿਵੇਂ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਇਹਦਾ ਆਪਣਾ ਰਾਈਟ ਆਨਸਰ ਕੀ ਆਊਗਾ ਹਾਨੀ ਹੁੰਦੀ ਹੈ ਠੀਕ ਹੈ ਉਹ ਤੁਹਾਨੂੰ ਇਹਦੇ ਰਿਲੇਟਡ ਕੁਸਚਨ ਤੋਂ ਬਾਅਦ ਦੱਸੂਗਾ ਕਿਉਂਕਿ ਫਿਰ ਜੇ ਹੋੰਦਾਸ ਤਾਂ ਤੁਹਾਨੂੰ ਨੈਕਸਟ ਦਾ ਆਨਸਰ ਪਤਾ ਲੱਗ ਜੂ ਤਾਂ ਇਹਦਾ ਰਾਈਟ ਆਨਸਰ ਆਏਗਾ ਹਾਨੀ ਨੈਕਸਟ ਚਲਦੇ ਹਾਂ ਤੁਸੀਂ ਮੈਨੂੰ ਦੱਸ ਕੇ ਜ਼ਰੂਰ ਜਾਣਾ ਕਿ ਕੁਐਸਚਨ ਕਿਵੇਂ ਦੇ ਲੱਗਦੇ ਜਿਹੜੇ ਸਾਡੇ ਵੱਲੋਂ ਬਣਾਏ ਜਾਂਦੇ ਆ ਕਿਸੇ ਵਸਤੂ ਦੀ ਸਥਿਤੀ ਜਿਹੜੀ ਅਤੇ ਗਤੀ ਜੁਰਜਾ ਦੇ ਜੋੜ ਨੂੰ ਵਸਤੂ ਦੀ ਡੈਸ਼ ਊਰਜਾ ਕਹਿੰਦੇ ਆ ਦੇਖੋ ਸਥਿਤੀ ਤੇ ਗਤੀ ਜੁਰਜਾ ਦੇ ਜੋੜ ਨੂੰ ਡੈਸ਼ ਵਸਤੂ ਦੀ ਡੈਸ਼ ਊਰਜਾ ਕਹਿੰਦੇ ਆ ਊਸ਼ਮਾ ਊਰਜਾ ਰੂਪਾਂਤਰਣ ਊਰਜਾ ਯੰਤ੍ਰਿਕ ਊਰਜਾ ਤੇ ਗਤੀ ਜੁਰਜਾ ਠੀਕ ਹੈ ਗਤੀ ਊਰਜਾ ਤਾਂ ਆਪਣਾ ਰਾਈਟ ਆਨਸਰ ਕੀ ਆਊਗਾ ਨਾ ਰਾਈਟ ਆਨਸਰ ਆਪਣੇ ਕੋਲ ਆਏਗਾ ਯੰਤ੍ਰਿਕ ਊਰਜਾ ਸਥਿਤੀਕ ਤੇ ਗਤੀਜ ਊਰਜਾ ਦੇ ਜਿਹੜੇ ਜੋੜ ਨੂੰ ਕੀ ਕਿਹਾ ਜਾਂਦਾ ਹੈ ਵਸਤੂ ਦੀ ਯੰਤਰੀ ਊਰਜਾ ਨੈਕਸਟ ਚਲਦੇ ਹਾਂ ਕੋਈ ਵੀ ਕੁਐਸਚਨ ਗਲਤ ਨਹੀਂ ਹੋਣ ਵਾਲਾ ਇਹਨਾਂ ਵਿੱਚੋਂ ਕਿਸੇ ਵਸਤੂ ਵਿੱਚ ਉਸ ਦੀ ਗਤੀ ਕਾਰਨ ਮੌਜੂਦ ਊਰਜਾ ਨੂੰ ਡੈਸ਼ ਊਰਜਾ ਕਹਿੰਦੇ ਆ ਦੇਖੋ ਕਿਸੇ ਵਸਤੂ ਵਿੱਚ ਉਹਦੀ ਗਤੀ ਕਰਕੇ ਜਿਹੜੀ ਊਰਜਾ ਮੌਜੂਦ ਹੁੰਦੀ ਹੈ ਉਹਨੂੰ ਕੀ ਕਿਹਾ ਜਾਂਦਾ ਹੈ ਗਤੀਜ ਗਤੀਕ ਗਣਿਤਿਕ ਤੇ ਗੁਰਤਵੀ ਕੁਐਸਚਨ ਆਪਸ਼ਨਾਂ ਮੈਂ ਖੁਦ ਬਣਾਣਾ ਤਾਂ ਜੋ ਤੁਹਾਨੂੰ ਵੱਧ ਤੋਂ ਵੱਧ ਕਨਫਿਊਜ਼ ਕੀਤਾ ਜਾਵੇ ਜਿਵੇਂ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਤਮਨੇ ਰਾਈਟ ਆਨਸਰ ਕੀਆ ਹੋਗਾ ਕਿਹੜੀ ਊਰਜਾ ਕਹਿੰਦੇ ਆ ਰਾਈਟ ਆਨਸਰ ਆਪਣੇ ਕੋਲ ਆਏਗਾ 10th ਦਾ ਨੰਬਰ 1 ਗਤੀ ਊਰਜਾ ਨੈਕਸਟ ਚੱਲਦੇ ਆ 11th ਵਾਲੇ ਕਿਸੇ ਵਸਤੂ ਦੀ ਗਤੀ ਊਰਜਾ ਉਸ ਦੀ ਡੈਸ਼ ਨਾਲ ਵਧਦੀ ਹੈ ਗਤੀ ਊਰਜਾ ਕਾਦੇ ਨਾਲ ਵਧਦੀ ਹੈ ਬਲ ਨਾਲ ਵੇਗ ਨਾਲ ਚਾ ਕਾਰਜ ਨਾਲ ਤੇ ਚਾਲ ਨਾਲ ਤਮਨੇ ਰਾਈਟ ਆਨਸਰ ਕੀਆ ਉਹ ਕਾਦੇ ਨਾਲ ਵਧਦੀ ਹੈ ਉਹ ਆਊਗਾ ਆਪਣੇ ਕੋਲ ਨੰਬਰ 4 ਉਹ ਵਧਦੀ ਹੈ ਚਾਲ ਦੇ ਨਾਲ ਠੀਕ ਹੈ ਕਾ ਦਿਨ ਵਧੀਆ ਚਾਲ ਦੇ ਨਾਲ ਜਿਹੜੇ ਬੱਚਿਆਂ ਨੇ ਇਹ ਲੈਕਚਰ ਲਾ ਲਏ ਬਹੁਤ ਬੈਨੀਫਿਟ ਮਿਲਣਾ ਲਾ ਉਹਨਾਂ ਨੂੰ ਮੈਂ ਵਾਰ-ਵਾਰ ਕਹਿਣਾ ਇੱਕੋ ਗੱਲ ਨੈਕਸਟ ਹੈ ਜਿਸ ਵਸਤੂ ਤੇ ਕਾਰਜ ਕੀਤਾ ਜਾਂਦਾ ਹੈ ਉਸ ਵਿੱਚ ਊਰਜਾ ਡੈਸ਼ ਘਟ ਜਾਂਦੀ ਹੈ ਵਧ ਜਾਂਦੀ ਹੈ ਬਦਲ ਜਾਂਦੀ ਹੈ ਜਾਂ ਸਾਰੇ ਹੀ ਦੇਖੋ ਇੱਥੇ ਕੁਐਸਚਨ ਕੀ ਆਪਣੇ ਕੋਲੇ ਜਿਸ ਵਸਤੂ ਤੇ ਕਾਰਜ ਕੀਤਾ ਜਾਂਦਾ ਤਾਂ ਉਸ ਵਿੱਚ ਊਰਜਾ ਡੈਸ਼ ਘਟ ਜਾਂਦੀ ਹੈ ਵਧ ਜਾਂ ਬਦਲ ਜਾਂ ਸਾਰੇ ਹੀ ਤੁਹਾਨੂੰ ਰਾਈਟ ਆਨਸਰ ਕੀ ਆਉਗਾ ਦਾ ਰਾਈਟ ਆਨਸਰ ਆਪਣੇ ਕੋਲ ਆਏਗਾ ਵਧਦਾ ਹੁੰਦਾ ਹੈ ਠੀਕ ਹੈ ਦੇਖੋ ਇਹਨੇ ਨਾਲ ਰਿਲੇਟਡ ਦੋ ਚੀਜ਼ਾਂ ਯਾਦ ਰੱਖਣੀਆਂ ਤੁਸੇ ਇੱਕ ਤਾਂ ਜਿਹੜਾ ਫਰਸਟ ਕੁਐਸਚਨ ਕੀਤਾ ਸੀ ਜਿੰਨੇ ਚ ਸੀਗਾ ਕਿ ਹਾਨੀ ਹੁੰਦੀ ਹੈ ਘਟ ਜਾਂਦੀ ਹੈ ਕਿਵੇਂ ਦੇਖੋ ਇੱਕ ਵਸਤੂ ਜਿਹੜੀ ਹੈ ਉਹ ਕੀ ਕਰ ਰਹੀ ਹੈ ਚੱਲ ਰਹੀ ਹੈ ਠੀਕ ਹੈ ਬਿਨਾ ਕਿਸੇ ਫੋਰਸ ਤੋਂ ਖੁਦ ਚੱਲ ਰਹੀ ਹੈ ਤਾਂ ਉਹਦੇ ਵਿੱਚ ਜਿਹੜੀ ਊਰਜਾ ਹੈ ਜਿਵੇਂ ਹੁਣ ਤੁਸੀਂ ਚੱਲ ਰਹੇ ਹੋ ਠੀਕ ਹੈ ਤੁਸੀਂ ਖੁਦ ਚੱਲ ਕੇ A ਪੁਆਇੰਟ ਤੋਂ B ਤੇ ਪਹੁੰਚ ਗਏ ਤਾਂ ਜਿਹੜੀ ਮੰਨ ਲਓ ਤੁਹਾਡੇ ਚ ਇੱਥੇ 100% ਊਰਜਾ ਸੀ ਉੱਥੇ ਜਾ ਕੇ ਕਿੰਨੀ ਰਹਗੀ 80% 20% ਕੀ ਹੋਗੀ ਹਾਨੀ ਹੋਗੀ ਤੇ ਨੈਕਸਟ ਨੈਕਸਟ on ਕੀ ਹੈ ਉਹ ਵਸਤੂ ਚੱਲੀ ਸੀ ਵਸਤੂ ਤੁਸੀਂ ਖੁਦ ਚੱਲ ਕੇ ਗਏ ਤੁਹਾਡੇ ਚੁਰਜਾ ਦੀ ਕਮੀ ਹੋ ਗਈ ਤਾਂ ਇਹਦੇ ਵਿੱਚ ਕੀ ਗੱਲ ਕੀਤੀ ਗਈ ਹੈ ਵਸਤੂ ਤੇ ਕਾਰਜ ਕੀਤਾ ਜਾਂਦਾ ਮਤਲਬ ਵਸਤੂ ਤੇ ਜ਼ੋਰ ਲਾਇਆ ਜਾਂਦਾ ਦੇਖੋ ਹੁਣ ਆਪਾਂ ਇੱਕ ਬੋਲ ਛੁੱਟਾਂਗੇ ਤਾਂ ਇੱਥੇ 0 ਤੋਂ ਸ਼ੁਰੂ ਹੋ ਕੇ ਬੋਲ 10 ਤੇ ਹੋ ਜੂਗੀ ਊਰਜਾ ਦੀ ਤਾਂ ਉਹਦੇ ਵਿੱਚ ਕੀ ਹੋ ਗਿਆ ਵਾਧਾ ਹੋ ਗਿਆ ਠੀਕ ਹੈ ਜੇ ਕਹਿਣ ਕਿ ਵਸਤੂ ਖੁਦ ਚੱਲਦੀ ਹੈ ਤਾਂ ਉਹਦੇ ਚ ਹਾਨੀ ਹੋਊਗੀ ਊਰਜਾ ਦੀ ਜੇ ਉਹਦੇ ਤੇ ਕਾਰਜ ਕੀਤਾ ਜਾਂਦਾ ਤਾਂ ਉਹਦੇ ਚ ਵਾਧਾ ਹੋਊਗਾ ਨੈਕਸਟ ਚੱਲਦੇ ਹਾਂ ਪ੍ਰਸ਼ਨ 13 ਕਾਰਜ ਕਰਨ ਦੀ ਦਰ ਜਾਂ ਊਰਜਾ ਰੂਪਾਂਤਰਣ ਦੀ ਦਰ ਨੂੰ ਡੈਸ਼ ਕਹਿੰਦੇ ਆ ਦੇਖੋ ਇਹਦੇ ਵਿੱਚ ਕੀ ਹੈ ਕਾਰਜ ਕਰਨ ਦੀ ਦਰ ਠੀਕ ਹੈ ਯਾ ਊਰਜਾ ਰੂਪਾਂਤਰਣ ਕਰਨ ਦੀ ਦਰ ਨੂੰ ਡੈਸ਼ ਕਹਿੰਦੇ ਆ ਕੀ ਕਹਿੰਦੇ ਆ ਸ਼ਕਤੀ ਸਮਰੱਥਾ ਦੋਵੇਂ ਯਾ ਰੂਪ ਰੁਪਤਰ ਠੀਕ ਹੈ ਇਹਦੇ ਰੂਪਾਂਤਰਣ ਵੀ ਲਿਖ ਸਕਦੇ ਹੋ ਰੁਪਤਰਨ ਵੀ ਤਾਂ ਮੈਂ ਇਹ ਆਪਸ਼ਨ ਆ ਮੈਂ ਖੁਦ ਬਣਾਇਆ ਤਾਂ ਆਪਣਾ ਰਾਈਟ ਆਨਸਰ ਕੀ ਆਊਗਾ ਇਹਦਾ ਰਾਈਟ ਆਨਸਰ ਆਏਗਾ ਆਪਣੇ ਕੋਲੇ ਦੋਵੇਂ ਕਹਿੰਦੇ ਆ ਠੀਕ ਹੈ शक्ति भी आ सकता है या समरथा भी वो अगले क्वेश्चन तो क्लीयर हो जूगा नैक्सट चलते हैं देखो हूँ शक्ति समरथा द मात्रक है की है वाट जूल सैकेंड या ग्राम तो राइट आंसर क्या मोस्ट इंपोर्टेंट क्वेश्चन है भी ठीक है इन्हें भी नाइनटी नाइन परसेंट चांस है कि एग्जाम के पूछा जाएगा तो मैं राइट आंसर की आऊगा इनका आएगा वाट क्लीयर है ਨੈਕਸਲ ਦੇ ਆ 1 ਕਿਲੋਵਾਟ ਕਿੰਨੇ ਬਰਾਬਰ ਹੁੰਦਾ 10 ਵਾਟ ਦੇ 100 ਵਾਟ ਦੇ 1000 ਜਾਂ 10000 ਵਾਟ ਦੇ ਤਾਂ ਆਪਣਾ ਰਾਈਟ ਅਨਸਰ ਕੀ ਆਊ ਕਿੰਨੇ ਵਾਟ ਦੇ ਬਰਾਬਰ ਹੁੰਦਾ ਤਾਂ ਉਹ ਆਊਗਾ 1000 ਦੇ 1000 ਵਾਟ ਦੇ ਠੀਕ ਹੈ 1 ਕਿਲੋਵਾਟ 10 1000 ਵਾਟ ਦੇ ਇਕੁਅਲਟ ਹੁੰਦਾ ਨੈਕਸਲ ਦੇ ਆ ਧਿਆਨ ਨਾਲ ਦੇਖ ਲਿਓ ਹੁਣ ਕੁਐਸਚਨ ਚ ਕੀ ਪੁੱਛਿਆ ਗਿਆ 1 ਵਾਟ ਉਸ ਅਭਿਕਰਤਾ ਦੀ ਸ਼ਕਤੀ ਹੈ ਜੋ 1 ਸੈਕਿੰਡ ਵਿੱਚ ਡੈਸ਼ ਜੂਲ ਕਾਰਜ ਕਰਦਾ ਦੇਖੋ 1 ਵਾਟ ਉਹ ਸਭੀਕਰਤਾ ਦੀ ਠੀਕ ਹੈ ਅਭਿਕਰਤਾ ਏਜੰਟ ਏਜੰਟ ਹੋ ਗਿਆ ਉਸ ਏਜੰਟ ਦੀ ਸ਼ਕਤੀ ਹੈ ਜੋ 1 ਸੈਕਿੰਡ ਵਿੱਚ ਡੈਸ਼ ਜੂਲ ਕਾਰਜ ਕਰਦਾ ਕਿੰਨੇ ਜੂਲ ਕਾਰਜ ਕਰਦਾ 1000 10 ਜਾਂ 1 ਮੋਸਟ ਇੰਪੋਰਟੈਂਟ ਕੁਸਚਨ ਹੈ ਪਰ ਬਹੁਤ ਸਾਰੇ ਬੱਚਿਆਂ ਦਾ ਗਲਤ ਹੋ ਗਿਆ ਵੀ ਤੁਹਾਨੂੰ ਮੈਂ ਦੱਸ ਦਿੰਦਾ ਤੁਮਨਾ ਰਾਈਟ ਆਨਸਰ ਇੰਦਾ ਕੀ ਆਊਗਾ ਆਪਣੇ ਕੋਲੇ ਉਹ ਆਏਗਾ ਨੰਬਰ 4 1 ਠੀਕ ਹੈ ਬਹੁਤ ਬੱਚਿਆਂ ਨੇ 10 ਜਾਂ 100 ਵਾਲ ਗਏ ਹੋਣੇ ਆ ਪਰ ਆਪਣਾ ਰਾਈਟ ਆਨਸਰ ਆਏਗਾ ਓਨਲੀ 1 ਨੈਕਸਟ ਚਲਦੇ ਹਾਂ ਊਰਜਾ ਦਾ ਮਾਤਰਾ ਕੀ ਹੈ ਠੀਕ ਹੈ ਕਿਲੋਵਟ ਹੈ ਵਾਟ ਹੈ ਕਾਰਜਾ ਜਾਂ ਜੂਲ ਹੈ ਤਾਂ ਊਰਜਾ ਦਾ ਮਾਤਰਾ ਕਿ ਪੁੱਛਿਆ ਗਿਆ मोस्ट ਇੰਪੋਰਟੈਂਟ ਕੁਐਸਚਨ ਹੈ ਵੀ ਠੀਕ ਹੈ ਵੈਸੇ ਕੁਐਸਚਨ ਤੁਹਾਨੂੰ ਕੋਈ ਵੀ ਬੇਕਾਰ ਨਹੀਂ ਮਿਲਣ ਵਾਲਾ ਸਾਇੰਸ ਦੀ ਵੀਡੀਓ ਦੇ ਵਿੱਚ ਤਾਂ ਆਪਣਾ ਰਾਈਟ ਆਨਸਰ ਕੀ ਹੋ ਗਿਆ ਦਾ ਰਾਈਟ ਆਨਸਰ ਆਪਣੇ ਕੋਲ ਆਏਗਾ ਨੰਬਰ 4 ਜੂਲ ਠੀਕ ਹੈ ਕੀ ਆਊਗਾ ਜੂਲ ਨੈਕ ਚਲਦੇ ਹਾਂ ਅਗਲਾ ਵੀ ਇਸੇ ਨਾਲ ਰਿਲੇਟਡ ਉਦਯੋਗਾਂ ਅਤੇ ਵਿਵਸਾਇਕ ਸੰਸਥਾਨਾਂ ਵਿੱਚ ਖਰਚ ਹੋਣ ਵਾਲੀ ਊਰਜਾ ਡੈਸ਼ ਵਿੱਚ ਦਰਸਾਈ ਜਾਂਦੀ ਹੈ ਦੇਖੋ ਜਿਹੜੀ ਉਦਯੋਗਾਂ ਤੇ ਵਿਵਸਾਇਕ ਸਥਾਨਾਂ ਵਿੱਚ ਊਰਜਾ ਖਰਚ ਹੁੰਦੀ ਹੈ ਉਹ ਡੈਸ਼ ਵਿੱਚ ਦਰਸਾਈ ਜਾਂਦੀ ਹੈ ਕਿੰਦੇ ਵਿੱਚ ਵੋਟ ਘੰਟੇ ਦੇ ਵਿੱਚ ਕਿਲੋਵੋਟ ਘੰਟੇ ਦੇ ਵਿੱਚ ਕਿਲੋਵੋਟ ਮਿੰਟ ਦੇ ਵਿੱਚ ਸਾਰੇ ਹੀ ਤਾਂ ਆਪਣਾ ਰਾਈਟ ਆਨਸਰ ਕੀ ਆਊਗਾ ਉਹ ਆਏਗਾ ਆਪਣੇ ਕੋਲੇ ਕਾਦੇ ਵਿੱਚ ਦਰਸਾਈ ਜਾਂਦੀ ਹੈ ਕਿਲੋਵੋਟ ਕੰਟੇ ਦੇ ਵਿੱਚ ਠੀਕ ਹੈ ਨੰਬਰ 3 ਕਿਲੋਵੋਟ ਕੰਟੇ ਦੇ ਵਿੱਚ ਨੈਕਸਟ ਚਲਦੇ ਹਾਂ 19 ਦਾ ਊਰਜਾ ਕੀਤੇ ਜਾ ਸਕਣ ਵਾਲੇ ਕੁਝ ਕਾਰਜ ਦੇ ਡੈਸ਼ ਹੁੰਦੀ ਹੈ ਠੀਕ ਹੈ ਦੇਖੋ ਕੁਸਚਨ ਧਿਆਨ ਨਾਲ ਪੜ੍ਹੋ ਊਰਜਾ ਜਿਹੜੀ ਉਹ ਕੀਤੇ ਜਾ ਸਕਣ ਵਾਲੇ ਕੁੱਲ ਕਾਰਜ ਦੇ ਡੈਸ਼ ਹੁੰਦੀ ਹੈ ਘਟ ਵੱਧ ਹੁੰਦੀ ਹੈ ਬਰਾਬਰ ਹੁੰਦੀ ਹੈ ਸਥਿਤੀ ਹੁੰਦੀ ਹੈ ਤਾਂ ਆਪਣਾ ਰਾਈਟ ਆਨਸਰ ਕੀ ਆਊਗਾ ਉਹ ਬਰਾਬਰ ਹੁੰਦੀ ਹੈ ਦੇਖੋ ऊर्जाते जा सकन वाले कुल कार्ज के बराबर होंगी है ठीक है नंबर थ्री अपनी जीड़ी है राइट ऑप्शन है नैक्सट चलते हैं कारज इक्वल टू बल मल्टीप्लाई की आऊगा विस्थापन वेग ऊर्जा या गति राइट आंसर की आएगा कार्ज इक्वल टू बल मल्टीप्लाई नंबर वन विस्थापन ठीक है विस्थापन है जोड़ा अपने को आएगा राइट आंसर ਤਮੈਨੂੰ ਪਲੀਜ਼ ਜ਼ਰੂਰ ਦੱਸ ਕੇ ਜਾਇਓ ਸਾਰੇ ਬੱਚੇ ਕਿ ਕਿਵੇਂ ਦਾ ਲੱਗਿਆ ਤੁਹਾਨੂੰ ਅੱਜ ਦਾ ਲੈਕਚਰ ਰਿਸਪੌਂਸ ਤੁਸੀਂ ਕੀ ਦੇਣਾ ਹੈ ਲਾਈਕ ਸਭ ਤੋਂ ਪਹਿਲਾਂ ਨੱਪ ਕੇ ਜਾਣਾ ਹੈ ਫਿਰ ਸ਼ੇਅਰ ਤੇ ਫਿਰ ਕਮੈਂਟ ਜ਼ਰੂਰ ਕਰਨਾ ਹੈ ਕਿ ਕਿਵੇਂ ਦੇ ਲੱਗੇ ਤੁਹਾਨੂੰ ਲੈਕਚਰ ਨੈਕਸਟ ਲੈਕਚਰ ਉਦੋਂ ਹੀ ਮਿਲ ਜੂਗਾ ਜਦੋਂ ਤੁਹਾਡਾ ਰਿਸਪੌਂਸ ਸਭ ਤੋਂ ਵਧੀਆ ਹੋ ਗਿਆ ਬਹੁਤ ਬਹੁਤ ਧੰਨਵਾਦ ਮਿਲਦੇ ਨੇ ਨੈਕਸਟ ਵੀਡੀਓ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ